ਪੁਲਿਸ ਦੇ ਵੱਲੋਂ ਇੱਕ ਸਰਪੰਚ ਨੂੰ 100 ਗ੍ਰਾਮ ਹੈਰੋਇਨ ਅਤੇ 4,80,000 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਪੁਲਿਸ ਨੇ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਐਕਟਿਵਾ ਦੇ ਉੱਤੇ ਆ ਰਹੇ ਦੋ ਵਿਅਕਤੀਆਂ ਦੀ ਜਦੋਂ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ 100 ਗ੍ਰਾਮ ਹੈਰੋਇਨ ਅਤੇ 4,80,000 ਰੁਪਏ ਬਰਾਮਦ ਹੋਏ ਨੇ। ਅਤੇ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸ ਦੇ ਵਿੱਚ ਸਾਫ਼ ਹੋਇਆ ਕਿ ਉਹਨਾਂ ਕੋਲ ਜੋ ਪੈਸੇ ਨੇ ਉਹ ਡਰੱਗ ਮਨੀ ਹੈ ਅਤੇ ਨਾਲ ਹੀ ਜਦੋਂ ਤਲਾਸ਼ੀ ਲਈ ਤਾਂ 100 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਤਾਂ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਬੈਠੇ ਇੱਕ ਨਸ਼ਾ ਤਸਕਰ ਦੇ ਇਸ਼ਾਰੇ ਦੇ ਉੱਤੇ ਦੋਵੇਂ ਕੰਮ ਕਰ ਰਹੇ ਸੀ। ਸਪਲਾਈ ਦੇਣ ਦੇ ਲਈ ਇਹ ਜਦੋਂ ਆਏ ਹੋਏ ਸੀ ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲ ਜਾਂਦੀ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਅਤੇ ਨਾਕਾਬੰਦੀ ਦੇ ਦੌਰਾਨ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਲਗਾਤਾਰ ਪੁਲਿਸ ਦੇ ਵੱਲੋਂ ਜੋ ਵੱਡੇ ਵੱਡੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾ ਰਿਹਾ। ਉੱਥੇ ਹੀ ਹੁਣ ਇੱਕ ਸਰਪੰਚ ਨੂੰ ਵੀ ਕਾਬੂ ਕੀਤਾ ਗਿਆ। ਤਾਂ ਦੱਸ ਦਈਏ ਕਿ ਸਰਪੰਚ ਦਾ ਇੱਕ ਸਾਥੀ ਵੀ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ। ਜੇਲ੍ਹ ਦੇ ਵਿੱਚ ਬੈਠੇ ਇੱਕ ਜਸ਼ਨ ਨਾਮਕ ਨਸ਼ਾ ਤਸਕਰ ਦੇ ਇਸ਼ਾਰੇ 'ਤੇ ਦੋਵੇਂ ਕੰਮ ਕਰ ਰਹੇ ਸੀ। ਕਰੀਬ 1 ਸਾਲ ਤੋਂ ਦੋਵੇਂ ਨਸ਼ੇ ਦੀ ਤਸਕਰੀ ਕਰ ਰਹੇ ਸੀ ਅਤੇ ਹੁਣ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਿੰਡ ਦੇ ਸਰਪੰਚ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ। 100 ਗ੍ਰਾਮ ਹੈਰੋਇਨ ਅਤੇ 4,80,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਆਪਾਂ ਬਟਾਲੇ ਦੇ ਭੈੜੇ ਪੁਰਸ਼ਾਂ ਦੀ ਤਲਾਸ਼ ਸਰਪੰਚ ਰਵਾਨਾ ਸੀ, ਜਿੱਥੇ ਸਾਨੂੰ ਮੁੱਖ ਵਿਭਾਗ ਨੇ ਤਲਾਹ ਦਿੱਤੀ ਕਿ ਬਟਾਲਾ ਗ੍ਰੰਥੀ ਦੇ ਏਰੀਏ 'ਚੋਂ ਇਹ ਹੀਰੋਇਨ ਦੇ ਪੈਸੇ ਅਤੇ ਹੀਰੋਇਨ ਦੇਣ ਲਈ 60 ਫੁੱਟੀ ਰੋਡ ਸ਼ਾਹਬਾਦ ਲਾਗੇ ਇਕੱਠੇ ਹੋ ਰਹੇ ਨੇ ਅਤੇ ਉੱਥੇ ਐਕਟਿਵਾ ਸਮੇਤ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋਵਾਂ ਜਾਣਿਆਂ ਨੂੰ, ਜਿਨ੍ਹਾਂ 'ਚੋਂ ਇੱਕ ਦਾ ਨਾਂ ਸੇਵਕ ਹੈ, ਦੂਜੇ ਦਾ ਲਵਜੀਤ ਆ, ਇਹ ਸਰਪੰਚ ਹੈ ਜੀ ਪਿੰਡ ਦਾ ਅਤੇ ਇਹ ਗ੍ਰੰਥਗੜ੍ਹ ਪਿੰਡ ਦੇ ਨਾਲ। ਨਹੀਂ ਨਹੀਂ ਗ੍ਰੰਥਗੜ ਪਿੰਡ 'ਤੇ ਹੀ ਹੈ, ਹਾਂ ਇੱਕੋ ਪਿੰਡ 'ਤੇ। ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਅਤੇ ਉਹਦੇ ਹਦਾਇਤ 'ਤੇ ਹੀ ਅੱਗੇ ਹੀਰੋਇਨ ਦਾ ਕੰਮ ਕਰਦੇ। ਇਹ ਕਰੀਬ 1 ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ 'ਤੇ। ਇਹਨਾਂ ਦੀ ਐਕਟਿਵਾ ਦੇ ਵਿੱਚੋਂ 4,81,000 ਰੁਪਏ ਡਰੱਗ ਬਣੀ ਅਤੇ 100 ਗ੍ਰਾਮ ਹੀਰੋਇਨ ਬਰਾਮਦ ਹੋਈ। ਪੁਲਿਸ ਦੇ ਵੱਲੋਂ ਇੱਕ ਸਰਪੰਚ ਨੂੰ 100 ਗ੍ਰਾਮ ਹੈਰੋਇਨ ਅਤੇ 4,80,000 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਪੁਲਿਸ ਨੇ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਐਕਟਿਵਾ ਦੇ ਉੱਤੇ ਆ ਰਹੇ ਦੋ ਵਿਅਕਤੀਆਂ ਦੀ ਜਦੋਂ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ 100 ਗ੍ਰਾਮ ਹੈਰੋਇਨ ਅਤੇ 4,80,000 ਰੁਪਏ ਬਰਾਮਦ ਹੋਏ ਨੇ। ਅਤੇ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸ ਦੇ ਵਿੱਚ ਸਾਫ਼ ਹੋਇਆ ਕਿ ਉਹਨਾਂ ਕੋਲ ਜੋ ਪੈਸੇ ਨੇ ਉਹ ਡਰੱਗ ਮਨੀ ਹੈ ਅਤੇ ਨਾਲ ਹੀ ਜਦੋਂ ਤਲਾਸ਼ੀ ਲਈ ਤਾਂ 100 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਤਾਂ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਬੈਠੇ ਇੱਕ ਨਸ਼ਾ ਤਸਕਰ ਦੇ ਇਸ਼ਾਰੇ ਦੇ ਉੱਤੇ ਦੋਵੇਂ ਕੰਮ ਕਰ ਰਹੇ ਸੀ। ਸਪਲਾਈ ਦੇਣ ਦੇ ਲਈ ਇਹ ਜਦੋਂ ਆਏ ਹੋਏ ਸੀ ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲ ਜਾਂਦੀ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਅਤੇ ਨਾਕਾਬੰਦੀ ਦੇ ਦੌਰਾਨ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਲਗਾਤਾਰ ਪੁਲਿਸ ਦੇ ਵੱਲੋਂ ਜੋ ਵੱਡੇ ਵੱਡੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾ ਰਿਹਾ। ਉੱਥੇ ਹੀ ਹੁਣ ਇੱਕ ਸਰਪੰਚ ਨੂੰ ਵੀ ਕਾਬੂ ਕੀਤਾ ਗਿਆ। ਤਾਂ ਦੱਸ ਦਈਏ ਕਿ ਸਰਪੰਚ ਦਾ ਇੱਕ ਸਾਥੀ ਵੀ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ। ਜੇਲ੍ਹ ਦੇ ਵਿੱਚ ਬੈਠੇ ਇੱਕ ਜਸ਼ਨ ਨਾਮਕ ਨਸ਼ਾ ਤਸਕਰ ਦੇ ਇਸ਼ਾਰੇ 'ਤੇ ਦੋਵੇਂ ਕੰਮ ਕਰ ਰਹੇ ਸੀ। ਕਰੀਬ 1 ਸਾਲ ਤੋਂ ਦੋਵੇਂ ਨਸ਼ੇ ਦੀ ਤਸਕਰੀ ਕਰ ਰਹੇ ਸੀ ਅਤੇ ਹੁਣ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਿੰਡ ਦੇ ਸਰਪੰਚ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ। 100 ਗ੍ਰਾਮ ਹੈਰੋਇਨ ਅਤੇ 4,80,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਆਪਾਂ ਬਟਾਲੇ ਦੇ ਭੈੜੇ ਪੁਰਸ਼ਾਂ ਦੀ ਤਲਾਸ਼ ਸਰਪੰਚ ਰਵਾਨਾ ਸੀ, ਜਿੱਥੇ ਸਾਨੂੰ ਮੁੱਖ ਵਿਭਾਗ ਨੇ ਸਲਾਹ ਦਿੱਤੀ ਕਿ ਬਟਾਲਾ ਗ੍ਰੰਥੀ ਦੇ ਏਰੀਏ 'ਚੋਂ ਇਹ ਹੀਰੋਇਨ ਦੇ ਪੈਸੇ ਅਤੇ ਹੀਰੋਇਨ ਦੇਣ ਲਈ 60 ਫੁੱਟੀ ਰੋਡ ਸ਼ਾਹਬਾਦ ਲਾਗੇ ਇਕੱਠੇ ਹੋ ਰਹੇ ਨੇ ਅਤੇ ਉੱਥੇ ਐਕਟਿਵਾ ਸਮੇਤ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋਵਾਂ ਜਾਣਿਆਂ ਨੂੰ, ਜਿਨ੍ਹਾਂ 'ਚੋਂ ਇੱਕ ਦਾ ਨਾਂ ਸੇਵਕ ਹੈ, ਦੂਜੇ ਦਾ ਲਵਜੀਤ ਆ, ਇਹ ਸਰਪੰਚ ਹੈ ਪਿੰਡ ਦਾ ਅਤੇ ਇਹ ਗ੍ਰੰਥਗੜ੍ਹ ਪਿੰਡ ਦੇ ਨਾਂ। ਨਹੀਂ ਗ੍ਰੰਥਗੜ੍ਹ ਪਿੰਡ ਤੇ ਹੀ ਹੈ, ਹਾਂ ਇੱਕੋ ਪਿੰਡ ਤੇ। ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਸੀ ਅਤੇ ਉਹਦੇ ਹਦਾਇਤ 'ਤੇ ਹੀ ਅੱਗੇ ਹੀਰੋਇਨ ਦਾ ਕੰਮ ਕਰਦੇ। ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ 'ਤੇ। ਇਹਨਾਂ ਦੀ ਐਕਟਿਵਾ ਦੇ ਵਿੱਚੋਂ 4,81,000 ਰੁਪਏ ਡਰੱਗ ਬਣੀ ਅਤੇ 100 ਗ੍ਰਾਮ ਹੀਰੋਇਨ ਬਰਾਮਦ ਹੋਈ।